ਵੱਡਾ ਹਾਦਸਾ ਹੋਣ ਤੋਂ ਟਲਿਆ ਹੈ। ਖਬਰ ਬਰਨਾਲਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਸਰਕਾਰੀ ਬੈਂਕ ਦੇ ਜਨਰੇਟਰ 'ਚ ਅੱਗ ਲੱਗ ਗਈ ਅਤੇ ਮੌਕੇ 'ਤੇ ਹੀ ਇਲਾਕੇ 'ਚ ਹਫੜਾ ਦਫੜੀ ਮੱਚ ਗਈ। ਹਾਲਾਂਕਿ ਜਦ ਜਨਰੇਟਰ 'ਚ ਅੱਗ ਲੱਗੀ ਤਾਂ ਆਸ ਪਾਸ ਦੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣ ਗਿਆ। ਹਾਲਾਂਕਿ ਅੱਗ ਦੀਆਂ ਲਪਟਾਂ ਅਸਮਾਨ ਨੂੰ ਛੂੰਹਦੀਆਂ ਹੋਈਆਂ ਵਿਖਾਈ ਦਿੱਤੀਆਂ, ਪਰ ਉੱਥੇ ਹੀ ਲੋਕਾਂ ਦੇ ਵੱਲੋਂ ਜਲਦ ਤੋਂ ਜਲਦ ਦਮਕਲ ਵਿਭਾਗ ਨੂੰ ਸੱਦਿਆ ਗਿਆ ਕਿ ਤਾਂ ਜੋ ਅੱਗ 'ਤੇ ਕਾਬੂ ਪਾ ਲਿਆ ਜਾਵੇ। ਹਾਲਾਂਕਿ ਸ਼ਹਿਰ ਦੇ ਕਚਹਿਰੀ ਚੌਂਕ ਦੇ ਨਜ਼ਦੀਕ ਬੈਂਕ ਦੀ ਪਿਛਲੇ ਪਾਸੇ ਇਹ ਜਨਰੇਟਰ ਲੱਗਿਆ ਹੋਇਆ ਹੈ ਅਤੇ ਸ਼ਾਰਟ ਸਰਕਟ ਨਾਲ ਇਸ ਜਨਰੇਟਰ 'ਚ ਅੱਗ ਲੱਗ ਜਾਂਦੀ ਹੈ, ਜਿਸ ਤੋਂ ਬਾਅਦ ਇਲਾਕੇ 'ਚ ਕਹਿ ਸਕਦੇ ਹਾਂ ਕਿ ਲੋਕ ਉੱਥੇ ਇਕੱਠਾ ਹੋਣਾ ਸ਼ੁਰੂ ਹੋ ਜਾਂਦੇ ਨੇ। ਪਰ ਇੱਕ ਖਬਰ ਇਹ ਵੀ ਸਾਹਮਣੇ ਆਈ ਹੈ ਕਿ ਬੈਂਕ ਦੇ ਵਿੱਚ ਅੱਗ ਨੂੰ ਬੁਝਾਉਣ ਵਾਲੇ ਸਿਲੰਡਰ ਨਹੀਂ ਸੀ, ਜਿਸ ਨਾਲ ਕਿ ਅੱਗ ਨੂੰ ਕਾਬੂ ਪਾਉਣ ਵਿੱਚ ਵੀ ਥੋੜ੍ਹੀ ਦੇਰੀ ਹੋਈ ਅਤੇ ਫਿਰ ਮੌਕੇ 'ਤੇ ਦਮਕਲ ਵਿਭਾਗ ਦੀ ਟੀਮ ਪਹੁੰਚਦੀ ਹੈ, ਜਿਨ੍ਹਾਂ ਦੇ ਵੱਲੋਂ ਅੱਗ 'ਤੇ ਕਾਬੂ ਪਾ ਲਿਆ ਜਾਂਦਾ ਹੈ। ਪਰ ਉੱਥੇ ਹੀ ਇਲਾਕੇ ਦੇ ਵਾਸੀਆਂ ਦਾ ਇਹ ਇਲਜ਼ਾਮ ਹੈ ਕਿ ਇਹ ਜਨਰੇਟਰ ਗੈਰ ਕਾਨੂੰਨੀ ਤੌਰ 'ਤੇ ਲੱਗਿਆ ਹੋਇਆ ਹੈ। ਉਹਨਾਂ ਨੇ ਕਿਹਾ ਕਿ ਬੈਂਕ ਦੇ ਮੈਨੇਜਰ ਅਤੇ ਅਧਿਕਾਰੀਆਂ ਸਮੇਤ ਅਸੀਂ ਬਿਲਡਿੰਗ ਦੇ ਮਾਲਕ ਨੂੰ ਵੀ ਇਸ ਸੰਬੰਧੀ ਸ਼ਿਕਾਇਤ ਦੇ ਚੁੱਕੇ ਹਾਂ ਕਿ ਇਸ ਜਨਰੇਟਰ ਨੂੰ ਇੱਥੋਂ ਹਟਾਇਆ ਜਾਵੇ, ਕਿਉਂਕਿ ਇਹ ਰਿਹਾਇਸ਼ੀ ਇਲਾਕੇ ਦੇ ਵਿੱਚ ਲੱਗਿਆ ਹੋਇਆ ਹੈ ਅਤੇ ਨਾਲ ਹੀ ਲੋਕਾਂ ਦੇ ਘਰ ਨੇ, ਜਿਸ ਨਾਲ ਕਿ ਲੋਕਾਂ ਨੂੰ ਵੀ ਕਈ ਪਰੇਸ਼ਾਨੀਆਂ ਆਉਂਦੀਆਂ। ਪਰ ਲੋਕਾਂ ਨੇ ਇਹ ਵੀ ਇਲਜ਼ਾਮ ਲਾਇਆ ਹੈ ਕਿ ਫਿਲਹਾਲ ਕਿਸੇ ਵੀ ਅਧਿਕਾਰੀ ਨੇ ਇਸ 'ਤੇ ਨਹੀਂ ਕੋਈ ਗੱਲਬਾਤ ਕੀਤੀ ਅਤੇ ਇੱਥੋਂ ਤੱਕ ਕਿ ਉੱਥੋਂ ਦੇ ਨਗਰ ਸੁਧਾਰ ਟਰੱਸਟ ਦੇ ਦਫ਼ਤਰ ਦੇ ਅਧਿਕਾਰੀਆਂ ਨੂੰ ਵੀ ਇਸ ਸੰਬੰਧੀ ਸ਼ਿਕਾਇਤ ਕੀਤੀ ਗਈ, ਪਰ ਉਹਨਾਂ ਦੇ ਵੱਲੋਂ ਵੀ ਕੋਈ ਜਵਾਬ ਨਹੀਂ ਆਇਆ। ਪਰ ਉੱਥੇ ਹੀ ਦਮਕਲ ਵਿਭਾਗ ਦੀ ਟੀਮ ਮੌਕੇ 'ਤੇ ਪਹੁੰਚੀ, ਜਿਨ੍ਹਾਂ ਨੇ ਅੱਗ ਨੂੰ ਕਾਬੂ ਪਾਇਆ ਕਿ ਤਾਂ ਜੋ ਕੋਈ ਵੱਡਾ ਹਾਦਸਾ ਨਾ ਹੋ ਸਕੇ ਅਤੇ ਲੋਕ ਇਸ ਹਾਦਸੇ ਤੋਂ ਬਚ ਜਾਣ। ਫਿਲਹਾਲ ਕਹਿ ਸਕਦੇ ਹਾਂ ਕਿ ਦਮਕਲ ਵਿਭਾਗ ਦੀ ਟੀਮ ਨੇ ਮੌਕੇ 'ਤੇ ਹੀ ਜਲਦ ਤੋਂ ਜਲਦ ਅੱਗ 'ਤੇ ਕਾਬੂ ਪਾਇਆ ਅਤੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਇਹ ਜਨਰੇਟਰ ਜਿਹੜਾ ਹੈਗਾ ਇਹ ਮਾਲਵਾ ਗ੍ਰਾਮੀਣ ਬੈਂਕ ਪੰਜਾਬ ਨੂੰ ਸਪਲਾਈ ਦਿੰਦਾ ਔਰ ਕਿਸੇ ਬੰਦੇ ਤੋਂ ਇਹਨਾਂ ਨੇ ਜਨਰੇਟਰ ਜਿਹੜਾ ਹੈਗਾ ਉਹ ਕਿਰਾਏ 'ਤੇ ਲਵਾਇਆ ਗਿਆ ਔਰ ਅਸੀਂ ਕਈ ਵਾਰੀ ਇਹਦੀ ਕੰਪਲੇਂਟ ਕਰ ਚੁੱਕੇ ਹਾਂ, ਮੈਨੇਜਰ ਮਹੋਦਯ ਨੂੰ ਕੰਪਲੇਂਟ ਕੀਤੀ ਹੈ, ਬਲਕਿ ਉਹ ਬਦਤਮੀਜ਼ੀ ਨਾਲ ਪੇਸ਼ ਆਉਂਦੇ ਸਾਡੇ ਕਿ ਜੋ ਤੁਸੀਂ ਕਰਨਾ ਕਰ ਲਓ, ਅਸੀਂ ਜਨਰੇਟਰ ਨਹੀਂ ਚੱਕਦੇ ਇੱਥੋਂ। ਅਸੀਂ ਇਹਦਾ ਦੇ ਮਾਲਕਾਂ ਨੂੰ ਵੀ ਕੰਪਲੇਂਟ ਕੀਤੀ ਵੀ ਇਹ ਬਿਨਾਂ ਕਨੋਪੀ ਦੇ ਜਨਰੇਟਰ ਹੈ, ਸੇਫਟੀ ਨਹੀਂ ਹੈ, ਇੱਥੇ ਕੋਈ ਓਪਰੇਟਰ ਨਹੀਂ ਹੈ, ਨਾ ਕੋਈ ਅੱਗ ਬੁਝਾਊ ਯੰਤਰ ਇੱਥੇ ਲੱਗਿਆ ਹੋਇਆ ਔਰ ਕਿਸੇ ਵੇਲੇ ਵੀ ਫਾਇਰ ਹੋ ਸਕਦਾ ਔਰ ਇਸ ਤਰ੍ਹਾਂ ਦੇ 4 ਜਨਰੇਟਰ ਲੱਗੇ ਹੋਏ ਨੇ ਇਸ ਏਰੀਏ ਦੇ ਵਿੱਚ ਜਿਹੜੇ ਬਿਲਕੁਲ ਅਨਸੇਫ ਨੇ। ਤੁਹਾਡੇ ਘਰ ਨਾਲ ਅਤੇ ਇੱਥੇ ਹੋਰ ਵੀ ਦਫ਼ਤਰ ਨੇ? ਹਾਂਜੀ, ਘਰ ਤੁਹਾਡੇ ਘਰ ਨਾਲ ਹੀ? ਹਾਂ, ਨਾਲ ਵਾਲਾ ਮੇਰਾ ਘਰ ਹੈ, ਮੇਰੀ ਇਸ ਦਫ਼ਤਰ ਵੀ ਇੱਥੇ? ਹਾਂਜੀ, ਦਫ਼ਤਰ ਵੀ ਨੇ ਇੱਥੇ ਜੀ? ਨਹੀਂ, ਇਹ ਜਿਹੜਾ ਦਫ਼ਤਰ ਸੀਗਾ ਉਹ ਬਿਜਲੀ ਬੋਰਡ ਵਾਲਿਆਂ ਦਾ ਦਫ਼ਤਰ ਸੀਗਾ, ਉਹ ਇੱਥੋਂ ਚਲੇ ਗਏ ਨੇ ਪਰਸੋਂ ਔਰ ਆਹ ਮੇਰਾ SCF 45 ਨਾਲ ਹੈਗਾ। ਮੈਂ ਇਹਨਾਂ ਨੂੰ ਵਾਰ ਵਾਰ ਬੇਨਤੀ ਕੀਤੀ ਹੈ, ਉਹ ਬਜਾਏ ਸੁਣਨ ਦੇ ਹੋਰ ਬਦਤਮੀਜ਼ ਨਾਲ ਪੇਸ਼ ਆਉਂਦੇ ਨੇ ਮਾਲਵਾ ਗ੍ਰਾਮੀਣ ਬੈਂਕ ਵਾਲੇ। ਅੱਜ ਕਿੰਨਾ ਕੁ ਬਚਾ ਰਹਿ ਗਿਆ ਜਿਹੜਾ ਅੱਗ ਲੱਗੀ ਜਿਹੜੀ? ਅੱਗ ਲੱਗਣ ਦੇ ਨਾਲ ਫਿਰ ਉਹ ਫਾਇਰ ਬ੍ਰਿਗੇਡ ਆਇਆ, ਉਹਨਾਂ ਨੇ ਅੱਗ 'ਤੇ ਕਾਬੂ ਪਾਇਆ ਔਰ ਕਿਸੇ ਵੇਲੇ ਵੀ ਮਤਲਬ ਅਸੀਂ, ਮੈਂ ਹਾਰਟ ਪੇਸ਼ੈਂਟ ਹਾਂ ਔਰ ਮੇਰਾ ਮਤਲਬ ਇਹ ਸ਼ੋਰ ਦੇ ਨਾਲ ਨੁਕਸਾਨ ਬਹੁਤ ਹੁੰਦਾ, ਅਸੀਂ ਵਾਰ ਵਾਰ ਬੇਨਤੀ ਕਰਨ ਦੇ ਬਾਵਜੂਦ, ਕਿਉਂਕਿ ਅਸੀਂ ਟਰੱਸਟ ਨੂੰ ਵੀ, ਇੰਪਰੂਵਮੈਂਟ ਟਰੱਸਟ ਨੂੰ ਵੀ ਬੇਨਤੀ ਕੀਤੀ, ਅਸੀਂ ਮਿਊਂਸਪਲ ਕਮੇਟੀ ਵਾਲਿਆਂ ਨੂੰ ਵੀ ਬੇਨਤੀ ਕੀਤੀ। ਇਸ ਤਰ੍ਹਾਂ ਦੇ 4 ਜਨਰੇਟਰ ਲੱਗੇ ਹੋਏ ਨੇ ਇੱਥੇ, 269 ਸਿੰਘ ਬਰਾੜ ਦੀ ਬਿਲਡਿੰਗ ਜਿਹੜਾ SCF 46 ਹੈ ਉਹਦੇ ਵਿੱਚ ਲੱਗੇ ਨੇ, ਉੱਥੇ ਵੀ ਕਿਸੇ ਵੇਲੇ ਫਾਇਰ ਹੋ ਸਕਦਾ ਕਿਉਂਕਿ ਟਾਵਰ ਲੱਗਿਆ ਹੋਇਆ, ਟਾਵਰ ਦੇ ਨਾਲ ਸਾਰਾ ਕੁਝ ਮੱਚ ਸਕਦਾ ਔਰ ਬਹੁਤ ਲੋਕਾਂ ਦਾ ਨੁਕਸਾਨ ਹੋ ਸਕਦਾ।
ਇਹਦੇ ਸਭ ਤੋਂ ਸਭ ਪਹਿਲਾਂ ਜ਼ਿੰਮੇਦਾਰ ਇਹਦੀ ਮਿਊਂਸੀਪਲ ਕਮੇਟੀ, ਉਹਨਾਂ ਨੂੰ ਬਹੁਤ ਵਾਰੀ ਅਸੀਂ ਕਿਹਾ, ਔਰ ਇੰਪਰੂਵਮੈਂਟ ਟੈਸਟ ਨੂੰ ਵੀ ਅਸੀਂ ਬਹੁਤ ਵਾਰੀ ਕਿਹਾ, ਪਰ ਕੋਈ ਸੁਣਾਈ ਨਹੀਂ। ਜਿਸ ਤਰ੍ਹਾਂ ਚਾਵਲਾ ਰੈਸਟੋਰੈਂਟ ਦੇ ਅੱਗੇ ਵੀ ਇੱਕ ਜਨਰੇਟਰ ਲੱਗਿਆ ਹੋਇਆ, ਉਹ ਵੀ ਬਿਨਾਂ ਕਨੋਪੀ ਦੇ ਆ। ਕੋਈ ਪੈਰਾਮੀਟਰ ਇਹਨਾਂ ਦੇ ਪੂਰੇ ਨਹੀਂ ਆ, ਜਿਹੜੇ ਜਨਰੇਟਰ ਵਾਸਤੇ ਚਾਹੀਦੇ ਆ ਉਹ ਕੋਈ ਪੈਰਾਮੀਟਰ ਇਹਨਾਂ ਦੇ ਪੂਰੇ ਨਹੀਂ ਹੈਗੇ। ਹਾਂ, ਉਹ ਫਾਇਰ ਬ੍ਰਿਗੇਡ ਨੇ ਕੰਟਰੋਲ ਕਰ ਲਿਆ, ਨਹੀਂ ਤਾਂ ਨਾਲ ਦੀ ਬਿਲਡਿੰਗ ਨੂੰ ਅੱਗ ਲੱਗ ਸਕਦਾ, ਸਾਡਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ। ਇਹ ਸ਼ਾਰਟ ਸਰਕਟ ਹੋਇਆ ਜੀ, ਕੋਈ ਮਤਲਬ ਜਨਰੇਟਰ ਸੀਗਾ ਕੋਈ ਆਪਣਾ ਮਾਲਵਾ ਗ੍ਰਾਮੀਣ ਕੋਈ ਬੈਂਕ ਆਪਣੀ ਉੱਤੇ, ਅਤੇ ਉਹ ਸ਼ਾਰਟ ਸਰਕਟ ਨਾਲ ਕੋਈ ਅੱਗ ਲੱਗੀ ਹੈ ਅਤੇ ਉਹ ਅਸੀਂ ਕੰਟਰੋਲ ਕੀਤੀ ਜੀ ਉਹਦੇ। ਕਿੰਨਾ ਕੁ ਨੁਕਸਾਨ ਹੋਇਆ? ਨੁਕਸਾਨ ਓਨਲੀ ਇਕੱਲਾ ਅਜੇ ਉਹਦਾ ਜਨਰੇਟਰ ਦਾ ਹੀ ਹੋਇਆ ਗਾ ਫਿਲਹਾਲ, ਅਤੇ ਉਹ ਰੋਕਿਆ ਜੀ। ਲੱਗਦਾ ਕਿ ਇੱਥੇ ਜਨਰੇਟਰ ਨੂੰ ਧਿਆਨ ਰੱਖਣਾ ਚਾਹੀਦਾ? ਬਿਲਕੁਲ ਜੀ, ਇਹ ਤਾਂ ਜ਼ਰੂਰੀ ਚੀਜ਼ਾਂ ਨੇ ਆਪਣੀਆਂ ਨਾ, ਆਪਾਂ ਇਹ ਤਾਂ ਹੀ ਹੁੰਦੀ ਹੈ ਜਿਹੜੀ ਆਪਣੀ ਮਤਲਬ ਕੋਈ ਵੀ ਇਹ ਫਾਇਰਿੰਗ ਦੀ ਕਾਲ ਹੁੰਦੀ ਹੈ ਨਾ, ਇਹ ਜਦੋਂ ਆਪਣਾ ਆਪਾਂ ਧਿਆਨ ਨਹੀਂ ਨਾ ਦਿੰਦੇ, ਇਹ ਤਾਂ ਇਹ ਚੀਜ਼ਾਂ ਕਰਕੇ ਹੁੰਦੇ ਆ ਜੀ। ਅਵੇਅਰ ਰਹਿਣਾ ਜ਼ਰੂਰੀ ਆ। ਹਾਂਜੀ ਹਾਂ, ਸਾਡੇ ਕੋਲ ਇਹ ਸਾਰਾ ਕੁਛ ਹੈਗਾ ਜੀ ਆਪਣੇ ਕੋਲ, CO2 ABC। ਹਾਂਜੀ, ਇਹਨਾਂ ਨੂੰ ਚਾਹੀਦਾ ਜੀ ਬਿਲਕੁਲ ਵੀ ABC ਸਿਲੰਡਰ ਜਿਹੜੇ ਆਪਣੇ CO2 ਜ਼ਰੂਰੀ ਨੇ, ਕਿਉਂਕਿ ਇਹ ਸਾਡੇ ਆਉਣ ਤੋਂ ਪਹਿਲਾਂ ਨਹੀਂ ਕੰਟਰੋਲ ਕਰ ਸਕਦੇ, ਮਤਲਬ ਨੁਕਸਾਨ ਹੋਣ ਤੋਂ ਬਚ ਸਕਦਾ।